ਠੀਕ ਹੈ ਨਹੀਂ ਜਿਵੇਂ ਇਹਦੇ ਥਾਣੇ ਬੱਚਿਆਂ ਦੇ ਵੀ ਆਉਂਦੇ ਨੇ ਫਿਰ ਬੱਚਿਆਂ ਦੇ ਨਹੀਂ ਆਇਆ ਜੀ ਹਾਲੇ ਬਸ ਛੋਟੇ ਆਉਣਾ ਜੀ ਫਿਰ ਹਾਲੇ ਪਤਾ ਨਹੀਂ ਗਾ ਜੀ ਅੱਛਾ ਹਾਂਜੀ ਪਤਾ ਨਹੀਂ ਲੱਗਦਾ ਛੋਟੇ ਦੇ ਛੋਟੇ ਦਾ ਜੀ ਫਿਰ ਹਰੇਕ ਬੱਕਰੇ ਦੇ ਨਾਲ ਤਾਂ ਥਣੀ ਜੀ ਹੁੰਦੀਆਂ ਜੀ ਛੋਟੀ ਛੋਟੀਆਂ ਠੀਕ ਹੈ ਤੇ ਪਰ ਐਂ ਪਤਾ ਨਹੀਂ ਗਾ ਪੱਕਾ ਨਹੀਂ ਗਾ ਸਕਦੇ ਵੀ ਇਹਦੇ ਵਾਂਗੂ ਥਣ ਨਿਕਲਣਗੇ ਜੀ ਡੇਡੇ ਹੋ ਜਾਣਗੇ ਹਾਂਜੀ ਇਹ ਕਰਦਾ ਬੁੱਕ ਹੈ ਹਾਂਜੀ ਕਰਦਾ ਹਾਂ ਇਹਦੇ ਪਿਓ ਦੇ ਸੀ ਉਹਦੇ ਹੈ ਨਹੀਂ ਸੀਗੇ ਜੀ ਉਹਦੇ ਨਹੀਂ ਸੀ ਨਹੀਂ ਹੈਗਾ ਦੁੱਧ ਹੈ ਬਈ ਹਾਂਜੀ ਦੁੱਧ ਆ ਜੀ ਦੁੱਧ ਜਿਹੜੇ ਸਾਡੇ ਬਾਲ ਚਾਰਦੇ ਆ ਜੀ ਚਾਹ ਬਣਾ ਕੇ ਪੀ ਲੈਂਦੇ ਆ ਜੀ ਇਹਦੀ ਹਾਂਜੀ ਉਹ ਬੈਠਾ ਜੀ ਉਹ ਦੇਖ ਲਓ ਜੀ ਅੱਛਾ ਹਾਂਜੀ ਇਹ ਕਮਾਲ ਪਹਿਲੀ ਵਾਰ ਦੇਖਦਾ ਬਈ ਬੱਕਰੇ ਦੀ ਕਹਿੰਦੇ ਦੁੱਧ ਦੀ ਆ ਦੇਖੋ ਦੁੱਧ ਦੇਖੋ ਬੱਕਰਾ ਦੁੱਧ ਦਿੰਦਾ ਹੈਗਾ ਬੱਕਰੀ ਦੁੱਧ ਮੰਗੂ ਆ ਕਿਹੜਾ ਬਾਈ ਦਾ ਚਾਹ ਪੀਂਦਾ ਇਹਦੀ ਆ ਰਿਹਾ ਜੀ ਐ ਬਾਈ ਹਾਂਜੀ ਚਾਹ ਪੱਕੀ ਪੀਂਦੇ ਤੇ ਕੱਢ ਕੇ ਚਾਹ ਨਹੀਂ ਤਾਂ ਊਂ ਕੱਚਾ ਪੀ ਜਾਈਦਾ ਉਹ ਵੀ ਜਦੋਂ ਜੰਤਰ ਜੇ ਸੀ ਉਦੋਂ ਪੀ ਬੋਕ ਦਾ ਦੁੱਧ ਕੱਢ ਕੇ ਪੀਂਦੇ ਹਾਂ ਬੋਕ ਦਿਖਾਉਣੇਗੇ ਬਾਈ ਹੈਗਾ ਭਾਰੀ ਆ ਬੋਕ ਤੇ ਪੁੱਛਦੇ ਆ ਮੁੱਲਵਾਰ ਜੀ ਕੀ ਕਰਦੇ ਨੇ ਬਾਈ ਕਿਹੜੇ ਬਾਈ ਦਾ ਬਾਈ ਮੇਰਾ ਹੀ ਅੰਮਾ ਤੇਰਾ ਹੀ ਆ ਬਾਈ ਕਿਹੜਾ ਪਿੰਡ ਹੈ ਖੋਟੇ ਕਿਹੜਾ ਖੋਟੇ ਛੋਟੇ ਖੋਟੇ 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 ਕਿਹੜਾ ਮੋਗਾ ਮੋਗਾ ਖੋਟੇ ਆ ਬਈ ਮੈਂ ਛੋਟੇ ਕਹਿ ਗਿਆ ਸੀਗਾ ਠੀਕ ਆ ਕਿੰਨੇ ਦਿਨ ਦਾ ਹੈ ਬੱਕਰਾ ਪੂਰੇ ਦਿਨ ਦਾ ਹੈ ਕੀ ਮੁੱਲ ਵਾੜੀ ਕਰੀ ਬਈ 80,000 ਰੁਪਇਆ ਦੰਦ ਪੂਰੇ ਕੱਸੇ ਤਾਂ ਨਹੀਂ ਗਏ ਨਾ ਦਿਖਾਈ ਮੜੇ ਠੀਕ ਆ ਦੂਸਰੀ ਗੱਲ ਇਹ ਵੀ ਬੋਕ ਦੇ ਥਣ ਵੀ ਹੈਗੇ ਨੇ ਠੀਕ ਆ ਨਾ ਤੇ ਮੁੱਲ ਮੰਗਿਆ 80,000 ਲੱਗਿਆ ਵੀ ਹੈ ਕੁਛ ਕਿੰਨਾ ਕੁ ਲੱਗਿਆ ਫਿਰ ਵੀ ਪਿੰਡ ਹੀ ਲੱਗਾ ਵਾ ਪਿੰਡ ਹੀ ਲੱਗਿਆ 50,000 ਉਰੇ ਹੁਣੀ ਪਹੁੰਚਿਆ ਬਾਈ ਇੱਥੇ ਹੁਣੀ ਪਹੁੰਚਣ ਇੱਕ ਵਾਰ ਤੋਰੀ ਬਾਈ ਉੱਧਰ ਨੂੰ ਮੰਡਾਇਆ ਬੁੱਕ ਨੂੰ ਲੈ ਵੀ ਖੋਟਿਆਂ ਤੋਂ ਆਇਆ ਬਾਈ ਜ਼ਿਲ੍ਹਾ ਮੋਗਾ ਗਾ ਬੋਕ ਦੇ ਥਣ ਵੀ ਹੈਗੇ ਨੇਗੇ ਭਾਰੀ ਬੋਲਾ ਰਿਜ਼ਲਟ ਕਿਵੇਂ ਆ ਬਾਈ ਰਿਜ਼ਲਟ ਬੱਚੇ ਬਹੁਤ ਵਧੀਆ ਬਾਈ ਇਹਦੇ ਅੱਛਾ ਹਾਂਜੀ ਦੋ ਬੱਚੇ ਨਾਲ ਵੀ ਆ ਉੱਥੇ ਬਾਹਰ ਖੜੇ ਆ ਹੈਗੇ ਉਰੇ ਬੱਚੇ ਹਾਂਜੀ ਹੈਗੇ ਜੀ ਦਿਖਾ ਦੂੰਗੀ ਹਾਂਜੀ ਦਿਖਾ ਦਾਂਗੇ ਜੀ ਕਿੱਥੇ ਜੇ ਖੜੇ ਹੈਗੇ ਬੱਚੇ ਪਰਲੇ ਪਾਸੇ ਖੜੇ ਫਿਰ ਉਹ ਜਿਹੜਾ ਬਾਹਰਲੇ ਪਾਸੇ ਤਾਂ ਟੈਂਟ ਲੱਗਿਆ ਨਾ ਅੰਦਰ ਥਾਂ ਨਹੀਂ ਸੀ ਪਰ ਬਾਹਰ ਹੀ ਲਾਇਆ ਹੁਣ ਨਹੀਂ ਜਿਵੇਂ ਇਹਦਾ ਮੂੰਹ ਮੱਥਾ ਇਹ ਇਸ ਤਰ੍ਹਾਂ ਦੇ ਬੱਚੇ ਆ ਉਹਨਾਂ ਦਾ ਜਿਹੜੇ ਛੋਟੇ ਬੱਚੇ ਉਹ ਤਾਂ ਜਮਾ ਹੈ ਜਿਹੜੇ ਨਾਲ ਦੇ ਵੱਡੇ ਬੱਕਰੀਆਂ ਥੋੜੇ ਨਰਮ ਆ ਉਹਨਾਂ ਦੇ ਬੱਚੇ ਨਾਲ ਲੈ ਕੇ ਆਏ ਹਲੇ ਠੀਕ ਹੈ ਹਾਂ ਨਹੀਂ ਜਿਵੇਂ ਇਹਦੇ ਥਾਣੇ ਬੱਚਿਆਂ ਦੇ ਵੀ ਆਉਂਦੇ ਨੇ ਫਿਰ ਬੱਚਿਆਂ ਦੇ ਨਹੀਂ ਆਏ ਜੀ ਹਲੇ ਬਸ ਛੋਟੇ ਆਉਣਾ ਜੀ ਫਿਰ ਹਲੇ ਪਤਾ ਨਹੀਂ ਗਾ ਜੀ ਅੱਛਾ ਹਾਂਜੀ ਪਤਾ ਨਹੀਂ ਲੱਗਦਾ ਛੋਟੇ ਨੇ ਛੋਟੇ ਦਾ ਜੀ ਫਿਰ ਹਰੇਕ ਬੱਕਰੇ ਦੇ ਨਾਲ ਤਾਂ ਥਣੀ ਜੀ ਹੁੰਦੀਆਂ ਜੀ ਛੋਟੀ ਛੋਟੀਆਂ ਠੀਕ ਹੈ ਤੇ ਪਰ ਐਂ ਪਤਾ ਨਹੀਂ ਗਾ ਪੱਕਾ ਨਹੀਂ ਗਾ ਸਕਦੇ ਵੀ ਇਹਦੇ ਵਾਂਗੂ ਥਣ ਨਿਕਲਣਗੇ ਡੇ ਡੇ ਹੋ ਜਾਣਗੇ ਹਾਂਜੀ ਠੀਕ ਹੈ ਇਹ ਕਰਦਾ ਬੁੱਕ ਹੈ ਹਾਂਜੀ ਕਰਦਾ ਹਾਂ ਇਹਦੇ ਪਿਓ ਦੇ ਸੀ ਉਹਦੇ ਹੈ ਨਹੀਂ ਸੀਗੇ ਜੀ ਉਹਦੇ ਹੈ ਨਹੀਂ ਸੀ ਨਹੀਂ ਠੀਕ ਹੈ ਇਹਦਾ ਕੋਈ ਚੱਕਰ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਗਾ ਜੀ ਸਹੀ ਗੱਲ ਆ ਉਹਦਾ ਗਰੋਥ ਹਾਈਟ ਬਹੁਤ ਕਰਦੇ ਨੇ ਇਸ ਤਰ੍ਹਾਂ ਦੇ ਬੱਚੇ ਆ ਜਿਹੜੀ ਗਰੋਥ ਵੇਟ ਗਰੋਥ ਬਹੁਤ ਹੁੰਦੀ ਆ ਜੀ ਸਹੀ ਗੱਲ ਆ ਹਾਂਜੀ ਸਾਹਿਬ ਹੁਣ ਕਿੰਨਾ ਕੁ ਵੇਟ ਹੋ ਸਕਦਾ ਇਹਦਾ 1-10-2 ਹੋਊਗਾ ਜੀ ਉਹ ਵੀ ਗਰਮੀ ਨਾਲ ਟੁੱਟਿਆ ਪਿਆ ਜੀ ਨਹੀਂ 1.5 ਕੁਇੰਟਲ ਭਾਰ ਸੀਗਾ ਜੀ ਬੱਚੇ ਦਾ ਮੰਨ ਕੇ ਚੱਲੋ ਵੀ ਹੁਣ ਗਰਮੀ ਤੋਂ ਬਾਅਦ ਫੇਰ ਖੁੱਲੂ ਹਾਂਜੀ ਫੇਰ ਖੁੱਲ ਜਣਾ ਜੀ ਠੀਕ ਹੈ ਹੱਡਾਂ ਦਾ ਵਧੀਆ ਮੋਟਾ ਹੱਡ ਪੂਰੇ ਜਾਨੀ ਕਿ ਹੁਣ ਨਾ ਗਰਮੀ ਨਾਲ ਟੁੱਟ ਗਿਆ ਜੀ ਬੱਕਰਾ ਕੋ ਮੱਖੀ ਮੁੱਖੀ ਲੱਗੀ ਜਾਂਦੇ ਜਿਹਦੇ ਨੇ ਤਾਂ ਕਰਕੇ ਨਹੀਂ ਤਾਂ ਵੇਟ ਦਾ 1.5 ਕੁਇੰਟਲ ਵੇਟ ਅਸੀਂ ਆਪ ਗੰਡੇ ਨਾਲ ਤੋਲੇ ਅੱਛਾ 1.5 ਕੁਇੰਟਲ ਤੋਲੇ ਹਾਂਜੀ ਬੱਚਾ ਜਮਾ ਹੀ ਕਾਲੇ ਬੱਚੇ ਕੱਢਦਾ ਪਿਓਰ ਕਾਲੇ ਜਮਾ ਕਾਲੀਆਂ ਬੱਕਰੀਆਂ ਤੋਂ ਹਾਂਜੀ ਕਾਲੀਆਂ ਬੱਕਰੀਆਂ ਤੇ ਰਿਜ਼ਲਟ ਡੱਬੀਆਂ ਤੇ ਵੀ ਸ਼ੇਰੀਆਂ ਤੇ ਵੀ ਕਾਲੇ ਕੱਢਿਆ ਜੀ ਬੱਚੇ ਕੀ ਕਹਿ ਰੇਟ ਦੇ ਵਿਕਦੇ ਆ ਬਾਈ ਬੱਚੇ ਦੇ ਕਈ ਵੇਚਦੇ ਅਸੀਂ ਜੀ ਜਾਂਦਾ ਬੱਚਾ ਤੇ 5-5 ਹਜ਼ਾਰ ਤੋਂ ਸਟਾਰਟ ਆ ਜੀ ਸਾਡੇ ਕੋਲ ਤਾਂ ਕਦੇ 8,000 ਦਾ 7,000 ਦਾ ਬੱਚਾ ਦੇ ਦਿੰਦੇ ਆ ਜੀ ਠੀਕ ਆ ਵੀ ਜਾਇਜ਼ ਰੇਟ ਹੀ ਰੱਖਦੇ ਆ ਜਾਇਜ਼ ਰੇਟ ਜਮਾ ਜੀ ਜਾਂਦਾ ਬੱਚਾ ਜਾਇਜ਼ ਰੇਟ ਤੇ ਬਾਈ ਦੇਖੋ 5,000 ਜਿਵੇਂ 7-8 ਮਹੀਨੇ ਦਾ ਜੀ ਉਹੀ 9-10 ਹਜ਼ਾਰ ਦਾ ਵੀ ਉਹਨਾਂ ਵਿਕੀ ਜਾਂਦਾ ਜੀ ਆਪਣਾ ਠੀਕ ਹੈ ਹਾਂਜੀ ਉਹ 1,000 ਖੰਡ 2,000 ਹਾਂਜੀ ਉਹ ਇੱਧਰ ਉੱਧਰ ਹੋ ਜਾਂਦਾ ਜੀ ਠੀਕ ਹੈ ਲੈ ਬੱਕਰਾ ਸੋਹਣਾ ਬਾਈ ਕੋਈ ਘਾਟ ਤਾਂ ਨਹੀਂ ਲੱਗੀ ਖੈਰ ਤੁਰਦਾ ਫਿਰਦਾ ਓਕੇ ਹੈਗਾ ਕੋਈ ਐ ਨਹੀਂਗਾ ਵੀ ਕਿਤੇ ਰਸੌੜੀ ਰੱਪਾ ਜਾਂ ਕੋਈ ਗੱਠ ਹੈਗੀ ਕੁੱਲ ਮਿਲਾ ਕੇ ਬੱਕਰਾ ਵਧੀਆ ਜਾਂ ਤਾਂ ਝੂਠ ਮਾਰੀ ਜਾਂਦੀ ਆ ਸਾਡਾ ਇੰਨੇ ਦਾ ਵੇਚਦਾ ਉਹਨੇ ਦਾ ਵੀ ਜਾਇਜ਼ ਰੇਟ ਤੇ ਬੱਚੇ ਦਿੰਨੇ ਜਦੋਂ ਮਰਜ਼ੀ ਨਹੀਂ ਜਿਹੜੇ ਇਹ ਥਣ ਜੇ ਭਰੇ ਖੜੇ ਨੇ ਇਹਨਾਂ ਚ ਤਾਂ ਨਹੀਂ ਦੁੱਧ ਬਾਅਦ ਕੱਢਦੇ ਦੁੱਧ ਹੁੰਦਾ ਹੀ ਇਹਦੇ ਅੱਜ ਦੁੱਧ ਖਾਲੀ ਕਰਕੇ ਹੋਏ ਇਹਦਾ ਜਮਾ ਹੁਣ ਇਹ ਕੱਢੇ ਹੋਏ ਚੋਂ ਹਾਂਜੀ ਜੇ ਹੁਣ ਤੁਸੀਂ ਧਾਰ ਵੀ ਮਾਰ ਸਕਦੇ ਹੋ ਹਾਂਜੀ ਇਹ ਹਾਂ ਧਾਰ ਮਾਰਦਾ ਜੀ ਦਿਖਾਓਗੇ ਮੜਾ ਮਾਰ ਕੇ ਬਈ ਉਹ ਧਾਰ ਮਾਰੇ ਹੈਪੀ ਬਈ ਧਾਰ ਮਾਰੀ ਇਹਦੀ ਉਧਰ ਨੂੰ ਕਰਕੇ ਬੋਕ ਦੇਖੋ ਬੋਕ ਦੀਆਂ ਧਾਰਾਂ ਦੇਖੋ ਇੱਧਰ ਨੂੰ ਧਾਰਾਂ ਵਜਦੀਆਂ ਦੇਖੋ ਬੋਕ ਦੀਆਂ ਇਹ 1 ਮਿੰਟ ਬਾਈ ਇਧਰੋਂ ਹੈਗਾ ਦੁੱਧ ਹੈ ਬਾਈ ਹਾਂਜੀ ਦੁੱਧ ਆ ਜੀ ਦੁੱਧ ਜਿਹੜੇ ਸਾਡੇ ਬਾਲ ਚਾਰਦੇ ਆ ਜੀ ਚਾਹ ਬਣਾ ਕੇ ਪੀ ਲੈਂਦੇ ਆ ਜੀ ਇਹਦੀ ਹਾਂਜੀ ਉਹ ਬੈਠਾ ਜੀ ਉਹ ਦੇਖ ਲਓ ਜੀ ਅੱਛਾ ਹਾਂਜੀ ਇਹ ਕਮਾਲ ਪਹਿਲੀ ਵਾਰ ਦੇਖਦਾ ਵੀ ਬੱਕਰੇ ਦੀ ਕਹਿੰਦੇ ਦੁੱਧ ਦੀ ਆ ਦੇਖੋ ਦੁੱਧ ਦੇਖੋ ਬੱਕਰਾ ਦੁੱਧ ਦਿੰਦਾ ਹੈਗਾ ਬੱਕਰੀ ਦੁੱਧ ਮੰਗੂ ਆ ਕਿਹੜਾ ਬਾਈ ਦਾ ਚਾਹ ਪੀਂਦਾ ਇਹਦੀ ਆ ਰਿਹਾ ਜੀ ਐ ਬਾਈ ਹਾਂਜੀ ਚਾਹ ਪੱਕੀ ਪੀਂਦੇ ਉਹਦੇ ਕੱਢ ਕੇ ਚਾਹ ਨਹੀਂ ਤਾਂ ਊਂ ਕੱਚਾ ਪੀ ਜਾਈਦਾ ਉਹ ਵੀ ਜਦੋਂ ਜੰਤਰ ਜੇ ਸੀ ਉਦੋਂ ਪੀ ਬੋਕ ਦਾ ਦੁੱਧ ਕੱਢ ਕੇ ਪੀਂਦੇ ਹਾਂ ਕੱਚਾ ਹਾਂ
कमाल की गल बोक का दुध पीने यार है दुद्ध ही है चलो इस दो कोई रब नहीं है दुद्ध ये कोई ऐ नहीं है भी इनफेक्शन आ दुद्ध है ठीक है ये वाधा घटता भी रहता इन धार आ बी दुध बहुत है अच्छे दो लीटर क्डा ही फटके बकरे तो ये चो हाँ जी तो मैं परसनली वीडियो पाऊंगा ये बना के दो लीटर बहुत हाँ बकरी घट्टो घट ना जग तो भर गया ना अच्छा चार जन ने दुद्ध चूता फट के कई दिन बाद कट दो हाँ जी कटते ही नहीं गई अब्बलता जी कदे कदे जो ना इतने लिया हाँ। करके कटा करके कटता लै भी बहुत अजीब है थान है गए तो सारी अपडेट देती बाइया ने पिंड भी दसता खोटे जिला मोगा ना जिला मोगा पिंड माणू के गिल जी माणू क्या जो निहाल सिंह तहसील निहाल सिंह जिला मोगा पिंड जी खोटे पिंड खोटे ठीक है ठीक है भाई धन्यवाद कर दें भरावान का जी आया दिखावे सारा कुछ बहुत सोहने नग लैके आए हैं भाई धन्यवाद कर दें हरेक वीर भाई सामभण वाला बने जे अही कहू दवे नसल बनूगा को फिर ही साढ़े को कोई आऊगा बाकी एक गल है जेदे जेदे वर्गे थन वाले बोक रहे तो ऐ भी कहने भी हाँ थन वाले भी बोक भी है सही गल कह सही गल है ना एक रुक ही होंगे ने बहुत ज्यादा नग नहीं होंगे गे ठीक है ना चंगा भीरो लव जू आ।